ਆ ਦੇਖੋ ਸਾਰੇ ਪ੍ਰਾਈਜ਼ ਲਿਖੇ ਹੋਏ ਆ ਸਟੈਂਪਾਂ ਲੱਗਣ ਦੀਆਂ ਹੱਥਾਂ 'ਤੇ ਫਿਰ ਆਪਾਂ ਐਂਟਰੀ ਲਵਾਂਗੇ ਇੱਥੋਂ ਪੁਸ਼ ਕਰੂ ਮੈਂ ਥੱਲੇ ਡਿੱਗੂੰਗਾ ਉਹ ਗਿਆ ਮੈਂ ਹੁਣ ਤੁਰ ਕੇ ਦੇਖਦੇ ਹਾਂ ਇਹ 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 ਲ ਹੁਣ ਇੱਥੋਂ ਡਿੱਗਦੇ ਹਾਂ ਰੋ ਰਬੜ ਬੈਂਡ ਦੇ ਵਿੱਚ ਉੱਲ ਹੁਣ ਚੜ੍ਹ ਕੇ ਦੇਖਦੇ ਹਾਂ ਕਿੱਦਾਂ ਚੜ੍ਹਨਾ ਕਿੱਦਾਂ ਉਤਰਨਾ ਹੈ ਅਤੇ ਇਹ ਇੱਥੋਂ ਛਾਲ ਮਾਰਤੀ ਆਹ ਵਾਲੀ ਚੀਜ਼ ਕਰਨਾ ਭੁੱਲਿਓ ਨਾ ਸਭ ਤੋਂ ਬੈਸਟ ਲੱਗੀ ਮੈਨੂੰ ਅਤੇ ਡੋਰੇਮੋਨ ਦੇਖ ਲਓ ਹੁਣ ਡੋਰੇਮੋਨ ਆਇਆ ਹੈ ਪਾ ਭੰਗੜਾ ਓਏ ਓਏ ਹੋਏ ਹੋਰ ਕੀ ਹਾਲ ਚਾਲ ਸਾਰੇ ਮੇਰੇ ਯਾਰਾਂ ਦਾ ਅੱਜ ਮੈਂ ਪਹੁੰਚਿਆ ਚੰਡੀਗੜ੍ਹ ਦੀ ਸਭ ਤੋਂ ਜ਼ਿਆਦਾ ਐਡਵੈਂਚਰ ਵਾਲੀ ਪਲੇਸ ਜਿਹੜੀ ਕਿ ਹੈਗੀ ਆ ਹੋਪ ਅਪ ਜਿਹੜੀ ਪਲੇਸ ਹੈ ਇਹਦੇ ਵਿੱਚ ਬੱਚਿਆਂ ਦਾ ਸਮਾਨ ਹੈਗਾ ਆ ਬਟ ਅਡਲਟ ਸਾਡਾ ਵੀ ਹੈਗਾ ਇਹਦੇ ਵਿੱਚ ਘੁੰਮਣ ਫਿਰਨ ਦਾ ਜਿੱਦਾਂ ਤੁਸੀਂ ਦੇਖ ਸਕਦੇ ਸਾਹਮਣੇ ਗੋ ਕਾਰਟਿੰਗ ਚੱਲਦੀ ਪਈ ਆ ਉੱਥੇ ਜਿਹੜੇ ਮਤਲਬ ਅਡਲਟ ਹੈਗੇ ਆ ਉਹ ਕਾਰਟਿੰਗ ਚਲਾਉਂਦੇ ਪਏ ਆ ਅਤੇ ਖੇਡਣਦੇ ਆ ਅਤੇ ਇਸ ਸਾਈਡ 'ਤੇ ਖਾਣ ਪੀਣ ਚੱਲਣ ਦਿਆ ਅਤੇ ਅੰਦਰ ਜਿਹੜਾ ਸਿਸਟਮ ਹੈਗਾ ਆਰਕਿਡ ਗੇਮਸ ਵਰਚੁਅਲ ਗੇਮਸ ਟਰੈਂਪੋਲੀਨ ਅਤੇ ਇੱਥੇ ਲਿਖਿਆ ਵੀ ਹੋਇਆ ਵਾ ਕਿ ਇੰਡੀਆ ਦਾ ਸਭ ਤੋਂ ਵੱਡਾ ਟਰੈਂਪੋਲੀਨ ਜਿਹੜਾ ਹੈਗਾ ਪਾਰਕ ਆ ਇਹ ਸੋ ਅੰਦਰ ਜਾਵਾਂਗੇ ਪ੍ਰਾਈਜ਼ ਦੱਸੋ ਤੁਹਾਨੂੰ ਕਿੰਨੀ ਕੀ ਪ੍ਰਾਈਜ਼ ਹੈਗਾ ਆ ਅਤੇ ਵੀਕਡੇਜ਼ 'ਤੇ ਕਹਿੰਦੇ ਸਸਤਾ ਹੁੰਦਾ ਵੀਕਐਂਡਸ 'ਤੇ ਮਹਿੰਗਾ ਹੁੰਦਾ ਅੱਜ ਵੀਕਐਂਡ ਆ ਸੋ ਤੁਹਾਨੂੰ 300-400 ਰੁਪਏ ਮਹਿੰਗਾ ਪਊਗਾ ਸਾਰੀਆਂ ਗੇਮਾਂ ਟਰਾਈ ਕਰਾਂਗੇ 2600 ਰੁਪਏ 'ਚ ਆਪਾਂ ਨੂੰ ਸਾਰੀਆਂ ਗੇਮਾਂ ਪੈਣੀਆਂ ਵਾ ਅਤੇ ਹੁਣ ਅੰਦਰ ਜਾ ਕੇ ਪ੍ਰਾਈਜ਼ ਬਾਕੀ ਵੀ ਦਿਖਾ ਦਿੰਦਾ ਇਕੱਲੀ ਇਕੱਲੀ ਗੇਮ 'ਤੇ ਅਤੇ ਜਿਹੜੀਆਂ ਮੇਨ ਗੇਮਾਂ ਜਿਹੜੀਆਂ ਬੜੀਆਂ ਘੱਟ ਮਿਲਦੀਆਂ ਦੇਖਣ ਨੂੰ ਉਹ ਜਾ ਕੇ ਸਾਰੀਆਂ ਤੁਹਾਨੂੰ ਵੀਡੀਓ ਦਿਖਾਊਂਗਾ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਚੱਲੀਏ ਅੰਦਰ ਆ ਰਿਹਾ ਅੰਦਰ ਦਾ ਗੇਟ ਅੰਦਰ ਇੱਦਾਂ ਦਾ ਹੈਗਾ ਵਾ ਅਤੇ ਅੰਦਰੋਂ ਆਪਾਂ ਟਿਕਟ ਕਰਵਾਉਣੀ ਹੈ ਅਤੇ ਉੱਥੇ ਦਿਖਾਉਣਾ ਤੁਹਾਨੂੰ ਪ੍ਰਾਈਜ਼ ਕੀ ਹੈਗੇ ਆ ਅਤੇ ਆਹ ਹੈਗਾ ਵਾ ਸਾਰਾ ਪਲੈਨ ਜਿਹਦੇ ਵਿੱਚ ਲਿਖਿਆ ਹੈ ਕਿ ਵੀਕਡੇਜ਼ ਦੇ ਵਿੱਚ ਇਹ ਸਸਤਾ ਵਾ ਅਤੇ ਪਬਲਿਕ ਹੋਲੀਡੇਜ਼ ਜਾਂ ਵੀਕਐਂਡ 'ਤੇ ਇਹਦਾ ਪ੍ਰਾਈਜ਼ ਮਹਿੰਗਾ ਵਾ ਸੋ ਟਰੈਂਪਲਿੰਗ ਵੀ ਅਸੀਂ ਲੈਣਾ 900 ਦਾ ਵਾ ਰੋਲ ਗਲਾਈਡਰ ਵੀ ਆਪਾਂ ਲਵਾਂਗੇ 350 ਦਾ ਉਹ ਇਲਾਵਾ ਗ੍ਰੈਵਿਟੀ ਸਲਾਈਡ ਵੀ ਜ਼ਰੂਰੀ ਆ ਗੋ ਕਾਰਟਿੰਗ ਵੀ ਜ਼ਰੂਰੀ ਆ ਇਸ ਕਰਕੇ ਆਪਾਂ ਕਹਿੰਦੇ ਕਿ ਪੈਕੇਜ ਦਾ ਲੈਂਦੇ ਸਾਰਾ 2600 ਰੁਪਏ ਦਾ ਅਤੇ ਪੈਕੇਜ ਅੱਜ ਹਰ ਮਤਲਬ ਵੀਕਐਂਡ ਆ ਅਤੇ ਤਾਂ ਕਰਕੇ ਥੋੜ੍ਹਾ ਮਹਿੰਗਾ ਮਿਲੂਗਾ ਸੋ ਆਪਾਂ ਪੈਕੇਜ ਲੈਣ ਲੱਗੇ ਹਾਂ 2 ਜਣਾ ਦਾ ਮੈਂ ਇਹਦੇ ਨਾਲ ਪਤਰਾ ਸਾਹਿਬ ਆਪਣੇ ਯੂਟਿਊਬਰ ਅਤੇ ਹੁਣ ਆਹ ਲੈਣ ਲੱਗੇ ਹਾਂ 2 ਜਣਿਆਂ ਦਾ ਅਤੇ ਫਿਰ ਗੇਮਾਂ ਟਰਾਈ ਕਰਦੇ ਸਾਰੀਆਂ ਅਤੇ ਆਪਣਾ ਲੱਗ ਗਿਆ ਜੀ ਪੂਰਾ 3000 ਕਹਿੰਦੇ ਸੀ ਜਿਹੜਾ 2600 ਰੁਪਇਆ ਹੈ ਉਹ ਬੱਚਿਆਂ ਲਈ ਹੈ ਅਤੇ ਅਡਲਟ ਲਈ ਜਿਹੜਾ 3000 ਰੁਪਇਆ ਲੱਗਾਗਾ ਸੋ ਇਹ ਚੀਜ਼ ਮਾਇੰਡ ਜ਼ਰੂਰ ਰੱਖਿਓ ਕਿ ਜੇ ਤੁਸੀਂ ਅਡਲਟ ਜੋ ਫਿਰ 3000 ਰੁਪਇਆ ਪੇ ਕਰਨਾ ਪਊਗਾ ਹੁਣ ਆਪਾਂ ਨੂੰ ਕਾਰਡ ਮਿਲ ਗਏ ਆ ਯਾਰ ਲਓ ਜੀ ਜਰਾਬਾਂ ਮਿਲ ਗਈਆਂ ਆਪਾਂ ਨੂੰ ਟਰੈਂਪੋਲਿਨ ਲਈ ਕਿਉਂਕਿ ਟਰੈਂਪੋਲਿਨ ਦੇ ਅੰਦਰ ਆਹ ਵਾਲੀਆਂ ਜਰਾਬਾਂ ਪਾਉਣੀਆਂ ਪੈਂਦੀਆਂ ਫ੍ਰਿਕਸ਼ਨ ਵਾਲੀਆਂ ਆ ਗਿਆ ਟਰੈਂਪੋਲਿਨ ਸਾਰਾ ਬਣਿਆ ਹੋਇਆ ਬੱਚੇ ਇੱਥੇ ਕੁੱਦਦੇ ਆ ਅਤੇ ਕੁੱਦ ਉਹ ਤੁਹਾਡਾ ਭਲਾ ਸਲਿਪ ਹੋ ਗਿਆ ਮੈਂ ਇੱਥੇ ਇਹ ਦੇਖਣ 'ਚ ਬੜਾ ਬੱਚਿਆਂ ਨਾਲ ਲੱਗਦਾ ਪਰ ਬੜਾ ਹੀ ਵਧੀਆ ਹੈਗਾ ਤੁਸੀਂ ਜ਼ਰੂਰ ਇਹਨੂੰ ਟਰਾਈ ਕਰਿਓ ਕਾਫੀ ਵਧੀਆ ਮੈਨੂੰ ਲੱਗਾ ਇਹ ਟਰੈਂਪੋਲਿਨ ਬਸ ਟਾਈਮਿੰਗ ਦੀ ਲੋੜ ਹੈ ਇਹਦੇ ਵਿੱਚ ਅਤੇ ਇੱਥੇ ਹਾਈਟ ਤੋਂ ਪੁਸ਼ ਕਰਦੇ ਆ ਇਹ ਮੈਨੂੰ ਪੁਸ਼ ਕੀਤਾ ਤਾਂ ਮੈਂ ਥੱਲੇ ਡਿੱਗਿਆ ਬੜਾ ਹੀ ਵਧੀਆ ਹੈਗਾ ਸੀ ਇੱਕੋਦਮ ਥ੍ਰਿਲਿੰਗ ਜਿਹਾ ਹੈਗਾ ਸੀ ਅਤੇ ਤਰੋਜ ਨਿਕਲਦੇ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਵੀ ਹੁਣ ਇੱਥੇ ਤੁਰ ਕੇ ਦੇਖਦੇ ਹਾਂ ਇਹਦੇ ਉੱਤੇ ਕਿ ਤੁਰਿਆ ਜਾਂਦਾ ਕਿ ਨਹੀਂ ਇਹ ਪਹਿਲੀ ਵਾਰ 'ਚ ਗੋਲ ਘੁੰਮ ਗਿਆ ਬੜਾ ਹੀ ਟਫ ਸੀ ਅਤੇ ਠੀਕ ਆ ਕੋਈ ਖਾਸ ਨਹੀਂ ਹੈ ਟਰਾਈ ਕਰ ਸਕਦੇ ਜੇ ਬਟ ਔਖਾ ਵਾ ਹੁਣ ਮੈਨੂੰ ਪੁਸ਼ ਕਰੂਗਾ ਇਹਦੇ ਰਬੜ ਬੈਂਡ ਦੇ ਉੱਤੇ ਅਤੇ ਇਹਦੇ ਵਿੱਚੋਂ ਦੀ ਮੈਂ ਡਿੱਗ ਗਿਆ ਬੜਾ ਹੀ ਮਜ਼ੇਦਾਰ ਸੀ ਵੇਖਣ ਡਰਾਵਣਾ ਲੱਗਣ ਦੇ ਪਰ ਇੰਨਾ ਹੈਗਾ ਨਹੀਂ ਡਰਾਵਣਾ ਇਹ ਹੁਣ ਬਾਈ ਦਿਖਾਊਗਾ ਕਿੱਦਾਂ ਇਹਨੇ ਜੰਪ ਕਰਨਾ ਵਾ ਇਹ ਆਏ ਹਾਏ ਆਏ ਹਾਏ ਆਏ ਹਾਏ ਉਹ ਤੁਹਾਡਾ ਭਲਾ ਜੇ ਕਿਆ ਬਾਤ ਹੈ ਯਾਰ ਹੁਣ ਉਸ ਬਾਈ ਵਾਂਗ ਮੈਂ ਵੀ ਟਰਾਈ ਕਰਦਾ ਕਿ ਮੈਂ ਜੰਪ ਮਾਰ ਸਕਦਾ ਕਿ ਨਹੀਂ ਅਤੇ ਟਰਾਈ ਕਰਦੇ ਹਾਂ ਟਾਈਮਿੰਗ ਬਣਾ ਕੇ ਇਹ ਉਹ ਇਹਦੇ ਫਲੋਪ ਹੋ ਗਿਆ ਕੰਮ ਚਲੋ ਫਿਰ ਵੀ ਸ਼ਾਲ ਤਾਂ ਵੱਜ ਹੀ ਗਈ ਅਤੇ ਹੁਣ ਆਹ ਵਾਲੀ ਗੇਮ ਜਿਹੜੀ ਹੈ ਕਾਫੀ ਵਧੀਆ ਅਤੇ ਕਾਫੀ ਫੇਮਸ ਵੀ ਹੈਗੀ ਹੈ ਟਕਾਸੀ ਸਕਾਸਲ ਜਿਹੜਾ ਹੈ ਸ਼ੋਅ ਹੁੰਦਾ ਹੁੰਦਾ ਸੀ ਨਿੱਕੇ ਹੁੰਦਾ ਦੇਖਦਾ ਹੁੰਦਾ ਸੀ ਪੋਗੋ ਤੇ ਸ਼ਾਇਦ ਅਤੇ ਉਹਦੇ ਵਿੱਚ ਇਹ ਹੁੰਦੀ ਸੀ ਅਤੇ ਬੜੀ ਮਜ਼ੇਦਾਰ ਆ ਅੱਜ ਜਦੋਂ ਵੀ ਗੋਲਾ ਜਾਂਦਾ ਇਹਦੇ ਉੱਤੋਂ ਵੀ ਜੰਪ ਮਾਰਨਾ ਹੁੰਦਾ ਹੈ ਅਤੇ ਬੜਾ ਵਧੀਆ ਲੱਗਦਾ ਇੱਥੇ ਗਰੁੱਪ ਵਿੱਚ ਵੀ ਤੁਸੀਂ ਇਹ ਗੇਮ ਨੂੰ ਖੇਡ ਸਕਦੇ ਜੋ ਜੇ 4-5 ਜਾਣੇ ਹੈਗੇ ਆ ਤਾਂ ਵਧੀਆ ਲੱਗੂਗੀ ਖੇਡਣ 'ਚ ਅਤੇ ਟਰੈਂਪੋਲਿਨ ਪਾਰਕ ਦੀਆਂ ਜਿਹੜੀਆਂ ਮੇਨ ਤੁਹਾਨੂੰ ਗੇਮਾਂ ਸੀ ਮੈਂ ਦਿਖਾ ਤੀਆਂ ਹੋਰ ਵੀ ਗੇਮਾਂ ਹੈਗੀਆਂ ਛੋਟੀਆਂ ਉਹ ਤੁਸੀਂ ਖੁਦ ਟਰਾਈ ਕਰ ਸਕਦੇ ਜੋ ਅਤੇ ਇੰਨਾ ਹੀ ਹੈਗਾ ਇਹ ਟਰੈਂਪੋਲਿਨ ਪਾਰਕ ਹੁਣ ਦੂਸਰੀ ਸਾਈਡ 'ਤੇ ਚੱਲਦੇ ਹਾਂ
ਹੁਣ ਆ ਗਏ ਹਾਂ ਐਡਵੈਂਚਰ ਵਾਲੇ ਪਾਰਕ ਦੇ ਸਾਈਡ 'ਤੇ ਹੈਗਾ। ਇੱਥੇ ਸੇਫਟੀ ਦੇ ਦਿੱਤੀ ਹੈ, ਹੈਲਮਟ ਲਾਤਾ ਹੈ ਨਾਲ ਇਹਨਾਂ ਨੇ, ਬੰਨ੍ਹ ਬੁੰਨ ਦਿੱਤਾ ਆਪਾਂ ਨੂੰ ਚੰਗੀ ਤਰ੍ਹਾਂ ਤਾਂ ਕਿ ਸੇਫਟੀ ਆਪਾਂ ਨੂੰ ਮਿਲ ਜੇ। ਅਤੇ ਹੁਣ ਆਪਾਂ ਚੜ੍ਹਦੇ ਪਏ ਹਾਂ ਆ ਪੋਲਸ ਦੇ ਉੱਤੇ, ਪੋਲਸ ਦੇ ਉੱਤੇ ਚੜ੍ਹ ਕੇ ਸਟੇਬਲ ਪੋਲ ਹੈਗੇ ਇਹਨਾਂ ਦੇ, ਚੜ੍ਹ ਕੇ ਉੱਤੇ ਤਾਂ ਤੱਕ ਜਾਣਾ ਹੈ। ਅਤੇ ਉੱਤੋਂ ਜਾਣ ਤੋਂ ਬਾਅਦ ਫਿਰ ਛਾਲ ਮਾਰਦੀ ਹੈ ਥੱਲੇ। ਕਾਫੀ ਜ਼ਿਆਦਾ ਥ੍ਰਿਲਿੰਗ ਹੁੰਦਾ ਹੈ ਸਟਾਰਟਿੰਗ ਦੇ ਵਿੱਚ, ਕਿਉਂਕਿ ਡਰ ਲੱਗਦਾ ਹਾਈਟ ਤੋਂ, ਅਤੇ ਮੈਨੂੰ ਸਟਾਰਟਿੰਗ ਵਿੱਚ ਡਰ ਲੱਗਾ ਸੀ। ਬਟ ਜਦੋਂ ਤੁਸੀਂ ਹੌਲੀ ਹੌਲੀ ਟਰਾਈ ਕਰੋਗੇ ਤੁਹਾਨੂੰ ਭਰੋਸਾ ਆ ਜਾਊਗਾ ਰੋਪ ਦੇ ਉੱਤੇ। ਸੋ ਉੱਤੇ ਜਦੋਂ ਪਹੁੰਚ ਗਏ ਅਤੇ ਕਾਫੀ ਜ਼ਿਆਦਾ ਡਰ ਲੱਗਣ ਡਿਆ ਬੰਦਾ। ਹੁਣ ਉੱਤੇ ਪਹੁੰਚਣ ਤੋਂ ਬਾਅਦ ਮੈਂ ਛੱਲੇ ਛਾਲ ਮਾਰੂੰਗਾ ਅਤੇ ਥੋੜ੍ਹਾ ਜਿਹਾ ਨਾ ਮਤਲਬ ਥ੍ਰਿਲਿੰਗ ਲੱਗਦਾ ਅਤੇ ਡਰ ਲੱਗਦਾ, ਛਾਲ ਮਾਰਨ ਦਾ ਦਿਲ ਨਹੀਂ ਕਰਦਾ। ਸੋ ਹੁਣ ਭਰੋਸਾ ਕਰਨਾ ਹੀ ਪੈਣਾ ਰੋਪ ਦੇ ਉੱਤੇ, ਅਤੇ ਹੁਣ ਇਹ ਛਾਲ ਮਾਰਤੀ। ਹੁਣ ਆਹ ਬਲੋਕਸ ਹੈਗੇ ਆ ਅਤੇ ਜਿਹੜੇ ਬਲੋਕ ਆ ਇਹਨਾਂ ਦੇ ਉੱਤੇ ਕਲਾਈਮਿੰਗ ਕਰਨੀ ਹੈ, ਪੈਰ ਫਸਾ ਕੇ ਅਤੇ ਹੱਥ ਫਸਾ ਕੇ। ਇਹ ਬਿਗਨਰ ਲੈਵਲ ਦੀ ਕਲਾਈਮਿੰਗ ਹੈ, ਇਹਦੇ ਤੋਂ ਬਾਅਦ ਰੋਕ ਕਲਾਈਮਿੰਗ ਵੀ ਕਰਾਉਣਗੇ। ਥੋੜ੍ਹੀ ਜਿਹੀ ਪ੍ਰੈਕਟਿਸ ਕਰਾਉਂਦੇ ਪਏ ਹੌਲੀ ਹੌਲੀ। ਅਤੇ ਕਾਫੀ ਵਧੀਆ ਜਿਹੜੀਆਂ ਗੇਮਾਂ ਹੈਗੀਆਂ, ਖਾਸ ਕਰ ਅਡਲਟ ਲਈ, 18 ਸਾਲ ਤੋਂ ਵੱਧ ਜਿਹੜੇ ਹੈਗੇ ਉਹਨਾਂ ਲਈ ਵੀ। ਬਟ ਸਟਾਰਟਿੰਗ 'ਚ ਮੈਂ ਦੇਖਿਆ ਕਿ ਬੱਚੇ ਜਿਹੜੇ ਹੈਗੇ ਸੀ 10-10 12-12 ਸਾਲ ਦੇ, ਉਹ ਵੀ ਇਹ ਕਰ ਰਹੇ ਸੀ। ਸੋ ਮੇਰੇ ਵਿੱਚ ਵੀ ਹੌਸਲਾ ਆ ਗਿਆ ਕਿ ਚੱਲ ਖਿੱਡੀ ਔਖੀ ਹੋ ਗਈ, ਬਟ ਹਾਂ ਹਾਈਟ 'ਚ ਜਾ ਕੇ ਡਰ ਤਾਂ ਲੱਗਦਾ ਸੀ। ਹੁਣ ਇੱਥੋਂ ਛਾਲ ਮਾਰਦੇ ਹਾਂ, ਇੱਕਦਮ ਥੋੜ੍ਹਾ ਥੱਲੇ ਆ ਹੀ ਜਾਈਏ, ਫਿਰ ਹੀ ਮਾਰੀਏ ਥੱਲੇ ਅਤੇ ਥੱਲੇ ਛਾਲ ਮਾਰਦੇ ਹਾਂ। ਇਹ ਉਹ ਚਲੋ ਜੀ ਆ ਗਏ ਥੱਲੇ, ਇਹ ਹੋ ਗਈ ਗੇਮ ਖਤਮ। ਹੁਣ ਆ ਗਈ ਐਕਚੁਅਲ ਵਾਲੀ ਰੌਕ ਕਲਾਈਮਿੰਗ। ਹੁਣ ਇਹਦੇ ਵਿੱਚ ਛੋਟੀਆਂ ਛੋਟੀਆਂ ਰੌਕਸ ਹੈਗੀਆਂ ਜਿਹਨਾਂ ਉੱਤੇ ਪੈਰ ਰੱਖ ਕੇ ਅਤੇ ਉੱਤੇ ਚੜ੍ਹਨਾ। ਸੋ ਇਹ ਵੀ ਮੈਨੂੰ ਈਜ਼ੀ ਹੀ ਲੱਗੀ, ਮੈਨੂੰ ਕੋਈ ਇਹ 'ਚ ਡਿਫੀਕਲਟੀ ਨਹੀਂ ਲੱਗੀ। ਬਾਕੀ ਜਿਹੜਾ ਮੇਰੇ ਨਾਲ ਪਾਰਟਨਰ ਆਇਆ ਸੀ ਬੱਤਰਾ ਸਾਹਿਬ, ਆਏ ਵਲੋਗਰ ਸਾਹਿਬ, ਉਹਨਾਂ ਨੂੰ ਇਹ ਡਿਫੀਕਲਟ ਲੱਗੀ ਸੀ ਥੋੜ੍ਹੀ ਜਿਹੀ। ਅਤੇ ਆਪਣਾ ਆਪਣਾ ਸਿਸਟਮ ਹੁੰਦਾ ਹੈ, ਸੋ ਮੈਂ ਤਾਂ ਈਜ਼ੀਲੀ ਟਰਾਈ ਕਰ ਲਈ ਸੀ ਅਤੇ ਇੱਥੋਂ ਛਾਲ ਮਾਰਤੀ। ਹੁਣ ਮੈਂ ਬੜਾ ਈਜ਼ੀ ਲੱਗਾ ਇਹ ਵਾਲਾ ਮੈਨੂੰ। ਸੋ ਇਹ ਕਰਨ ਤੋਂ ਬਾਅਦ ਮੈਨੂੰ ਇੱਥੋਂ ਦੇ ਇੰਪਲੋਈ ਨੇ ਕਿਹਾ ਕਿ ਆਹ ਵਾਲੀ ਗੇਮ ਟਰਾਈ ਕਰੋ, ਕਾਫੀ ਜ਼ਿਆਦਾ ਮੁਸ਼ਕਿਲ ਹੈਗੀ ਆ। ਸੋ ਹੁਣ ਆਹ ਟਰਾਈ ਕਰਨ ਲੱਗਾ। ਸੋ ਤੁਹਾਨੂੰ ਦੇਖਣ 'ਚ ਪਤਾ ਲੱਗ ਰਿਹਾ ਹੋਊਗਾ ਕਿ ਇਹਦੀ ਗ੍ਰਿਪ ਬੜੀ ਡਿਫਰੈਂਟ ਆ ਅਤੇ ਇਹ ਵਾਲੀ ਥੋੜ੍ਹੀ ਜਿਹੀ ਐਕਸਟ੍ਰੀਮ ਹੈਗੀ ਆ। ਸੋ ਇਹ ਟਰਾਈ ਕੀਤੀ ਮੈਂ ਅਤੇ ਸਟਾਰਟਿੰਗ 'ਚ ਤਾਂ ਮੈਨੂੰ ਬੜੀ ਜ਼ਿਆਦਾ ਡਿਫੀਕਲਟ ਲੱਗੀ ਅਤੇ ਜਦੋਂ ਉੱਤੇ ਗਿਆ ਉੱਥੇ ਜਾ ਕੇ ਹਾਈਟ ਵੀ ਦਿਖਣ ਡਿਆ ਪਈ। ਅਤੇ ਗੱਲ ਇਹ ਕਿ ਜਦੋਂ ਉੱਤੇ ਜਾਈਦਾ ਹੈ ਨਾ, ਉੱਤੇ ਜਾ ਕੇ ਛਾਲ ਮਾਰਨ ਨੂੰ ਡਿਲ ਨਹੀਂ ਕਰਦਾ, ਐਂ ਲੱਗਦਾ ਕਿ ਜੇ ਥੱਲੇ ਡਿੱਗੇ ਅਤੇ ਰੋਪ 'ਤੇ ਚੱਲ ਠੀਕ ਹੈ ਸੰਭਾਲ ਲੂਗੀ, ਬਟ ਜੇ ਬਲੋਕ ਭੱਜ ਗਿਆ ਤਾਂ ਫਿਰ ਕੀ ਹੋਊਗਾ। ਉੱਥੇ ਗ੍ਰੇਪ ਫੜਨ ਦੀ ਕੋਸ਼ਿਸ਼ ਕਰਨ ਡਿਆ ਮੈਂ, ਗ੍ਰੇਪ ਫੜੀ ਨਹੀਂ ਜਾਂਦੀ ਅਤੇ ਇੱਕ ਵਾਰ ਫੜ ਲਈ ਹੈ। ਹੁਣ ਉੱਤੇ ਜਾਊਂਗਾ, ਪੈਰ ਟਿਕਾ ਕੇ ਕਿਸੇ ਜਗ੍ਹਾ 'ਤੇ, ਕੋਈ ਸ਼ੇਕ ਦੇ ਉੱਤੇ ਪੈਰ ਟਿਕਾਉਣਾ ਪਊਗਾ, ਉੱਦਾਂ ਦੇ ਗੱਲ ਬਣਦੀ ਨਹੀਂ। ਸੋ ਹੌਲੀ ਹੌਲੀ ਕਰਕੇ ਉੱਤੇ ਚੜ੍ਹ ਹੀ ਗਿਆ ਇੱਕ ਹੱਥ ਨਾਲ। ਸੋ ਜਿਮ ਲਾਉਣ ਦਾ ਕਿਤੇ ਤਾਂ ਫਾਇਦਾ ਹੋਇਆ, ਕਿਉਂਕਿ ਹੁਣ ਈਜ਼ਲੀ ਚੜ੍ਹ ਪਾਉਂਦੇ ਹਾਂ ਆਪਣੀ ਆਰਮਸ ਜਿਹੜੀ ਆ ਸਟਰੈਂਥ ਕਰਕੇ। ਅਤੇ ਹੁਣ ਇੱਥੇ ਕੁ ਜਾ ਕੇ ਠੀਕ ਹੈ, ਜ਼ਿਆਦਾ ਉੱਤੇ ਜਾਣਾ ਨਹੀਂ, ਮੈਂ ਇੱਥੋਂ ਹੀ ਛਾਲ ਮਾਰ ਦਿੰਦਾ ਹਾਂ ਅਤੇ ਗੇਮ ਖਤਮ ਕਰੀਏ ਵੀ। ਅਤੇ ਆਹ ਲਓ ਜੀ ਆ ਗਿਆ ਥੱਲੇ। ਸੋ ਰੋਪ 'ਤੇ ਕਾਫੀ ਭਰੋਸਾ ਹੋ ਗਿਆ ਮੈਨੂੰ, ਇਹ ਵੀ ਵਧੀਆ ਵਾ। ਅਤੇ ਹੁਣ ਆਹ ਵਾਲੀ ਗੇਮ ਆ ਗਈ ਆ, ਇਹ ਤੁਸੀਂ ਕਿਤੇ ਨਾ ਕਿਤੇ ਦੇਖੀ ਹੋਣੀ ਆ। ਇਹ ਪੰਚਿੰਗ ਬੈਗ ਆ, ਛਾਲ ਮਾਰ ਕੇ ਇਹਨੂੰ ਫੜਨਾ ਹੈ ਅਤੇ ਇੱਥੇ ਆਣ ਕੇ ਡਰ ਜਿਹਾ ਲੱਗਦਾ ਹੈ, ਕਿਉਂਕਿ ਤੁਸੀਂ ਆਪੇ ਸੋਚੋ 6-7 ਫੁੱਟ ਦੂਰ ਕੋਈ ਹੈਗਾ ਬੈਗ, ਉਹਨੂੰ ਫੜਨਾ ਕਿੱਡਾ ਔਖਾ। ਸੋ ਰੈਡੀ ਹੁੰਦੇ ਹਾਂ ਪੰਚਿੰਗ ਲਈ, 1, 2, 3 ਚਲੋ ਵੀ ਫੜ ਲਿਆ ਪੰਚਿੰਗ ਬੈਗ। ਅਤੇ ਕਾਫੀ ਔਖਾ ਸੀ, ਥ੍ਰਿਲਿੰਗ ਸੀ, ਬਟ ਜਦੋਂ ਫੜੀ ਦਾ ਉਸ ਤੋਂ ਬਾਅਦ ਅਚੀਵਮੈਂਟ ਮਿਲਦੀ ਹੈ ਅਤੇ ਬੜਾ ਹੀ ਵਧੀਆ ਲੱਗਦਾ ਹੈ ਡੋਪਾਮਾਈਨ ਲੈਵਲ ਵਧਣ ਤੋਂ ਬਾਅਦ। ਅਤੇ ਆਹ ਵਾਲੀਆਂ ਜਿਹੜੀਆਂ ਤੁਹਾਨੂੰ ਗੇਮਾਂ ਦਿਖਾਉਣ ਦਿਆਂ ਹੁਣ ਮੈਂ, ਇਹ ਛੋਟੇ ਬੱਚਿਆਂ ਦੀਆਂ ਹੈਗੀਆਂ ਸੀ, ਘੁੰਮ ਘੁੰਮਾ ਕੇ ਇੱਧਰ ਉੱਧਰ ਜਾਂਦੀਆਂ, ਇਹ ਮੈਂ ਟਰਾਈ ਨਹੀਂ ਕੀਤੀਆਂ, ਤੁਸੀਂ ਟਰਾਈ ਕਰ ਸਕਦੇ ਜੋ। ਬਾਕੀ ਐਡਵੈਂਚਰ ਪਾਰਕ ਇੰਨਾ ਕੁ ਹੀ ਹੈਗਾ ਵਾ। ਹੁਣ ਆਹ ਵਾਲੀ ਗੇਮ ਆ, ਇਹਦੇ ਵਿੱਚ ਲੇਜ਼ਰ ਟੱਪਣੀਆਂ ਵਾ, ਅਤੇ ਲੇਜ਼ਰ ਟੱਪਾਂਗੇ ਅਤੇ ਟਾਈਮ ਇਵੇਂ ਆਉਂਦਾ ਕਿ ਮਤਲਬ ਇਹਦੇ ਆਹ ਵਾਲਾ ਲੇਜ਼ਰ ਆ, ਇਹਦੇ ਇਹਦੇ ਥੱਲੋਂ ਨੰਗੋ ਧਿਆਨ ਨਾਲ, ਉੱਤੇ ਥੱਲੇ ਵੇਖ ਕੇ ਪਿੱਛੇ ਵੀ ਉੱਧਰ ਥੱਲੇ ਪਹਿਲੇ ਉੱਧਰ ਹੱਥ ਹੱਥ ਉਹ ਵੇਖੋ ਹੱਥ ਲਾਉਣਾ ਉੱਧਰ, ਇੱਧਰੋਂ ਫੁੱਟ ਕੇ ਆਹ ਵਾਲੇ ਇੱਧਰ ਲਾਉਣੇ ਆ, ਇੱਕ ਰਹਿ ਗਿਆ ਇੱਕ ਰਹਿ ਗਿਆ ਉਹ ਹੋ ਗਿਆ, ਇਹ ਸੀਕਰੇਟ ਕੋਡ ਆ NASPUPA। ਉਹ ਕਾਰਡ ਜੋ ਇੱਕ ਉਹ ਕਾਰਡ ਆ ਇੱਕ ਉਹ ਕਾਰਡ ਆ, ਉਹਨਾਂ ਦੋਵਾਂ ਨੂੰ ਲਾਉਣਾ ਆਪਾਂ। ਬੋਮ ਐਕਟੀਵੇਟਡ, ਉਧਰ ਮਿਸਾਈਲ ਲੱਗੀ ਆ, ਤੇ ਲੈਵਲ ਆਪਣਾ ਫੇਲ ਹੋ ਗਿਆ। ਇੱਥੇ ਕੋਡ ਭਰਨਾ ਜਿਹੜਾ ਸੀ ਉੱਥੇ ਵੇਖਿਆ ਤੇ ਟਾਈਮ ਹੀ ਓਵਰ ਹੋ ਗਿਆ, ਤੇ ਆਹ ਮਿਸਾਈਲ ਜਿਹੜੀ ਫਟ ਗਈ। ਔਰ ਬੜੀ ਵਧੀਆ ਗੇਮ ਸੀ, ਥੋੜ੍ਹਾ ਧਿਆਨ ਹਟਾ, ਵੀਡੀਓ ਬਣਾਉਣਾ ਚਾਹੀਦਾ ਜੀ, ਵੀਡੀਓ ਨਾ ਬਣਦੀ ਸ਼ਾਇਦ ਪਾਰ ਕਰ ਜਾਂਦੇ।
तो मैं सारे सुजैसट करूँगा कि ये वाली वर्चुअल रियलिटी वाली जी गेम आ ये जरूर ट्राई करो क्योंकि इन्नी वधिया ही ये पेंडुलम जो घूमता है तो वह तो चलो वर्चुअल रियलिटी घूमता पाया हो बट एक्चुअल लाइफ में भी तुम्हें मशीन गोल गोल घुमाती है जिसे बड़ा ही ज़्यादा रियलिटी एक्सपीरियंस होता है तो पूरी ज़्यादा ए फील होता है कि सच्ची तुम पेंडुलम के घूमते पे हो। सो बड़ा ही वधिया वर्चुअल एक्सपीरियंस हैगा ही मेरे लिए तुम जरूर आ चीज़ को ट्राई करो मेरे लिए बेस्ट वर्चुअल गेम हैगी होप अप दे विच। हुण खेडणे आ फ्रिसबी वाली गेम जिहदे विच फ्रिसबी मारनी है स्क्रीन दे उत्ते ते स्क्रीन दे उत्ते जिहड़ा पॉइंट दे उत्ते वज्जूगी ओनियां टिकट्स ऐड हो जांदियां अपने कार्ड दे विच ते टिकट्स दा तुहानूं पता ही है कि यूज हुंदा खाण पीण दा समान मिल जांदा बाहरों जां फिर छोटियां मोटियां चीज़ां मिलदियां। सो वैसे गेम वधिया ही तुसीं ट्राई कर सकदे जो थोड़ियां बहुतियां मैं कहिंदा आर्केड गेम वी खेड ही लईए। हुण पत्रा साफ स्लाइड रहण के सुक्की स्लाइड हैगी आ ये प्लास्टिक के उत्ते तो चलो ये गए जो थले हूँ मैं भी देखता हाँ स्लाइड लैके कि फास्ट हैगी है। सो लैट सी हम ट्राई करते हैं आ वाली हूँ एक और एरिए आए जो कि बच्चों का लगता पाया वा तुम खुद ही देखो बहुत ही सारिया बोल्स भरिया पलाइड लगिया वा उ इतने चढ़न लिया इतने गैस लिखे आया वा तां जान लिया इतने भी स्लाइड्स है वा उतो फन राइडिंग होती है जाके हम करा बड़ा वधिया है उ चलते हैं जिदा उत्ते ते आ वाली वीडियो मैं 360 कैमरा ने बनाई है जिहड़ा कि बत्रा साहब दा हैगा आ स्टोरी सो फोटोग्राफी यूट्यूब चैनल हैगा उहनां दा तुसीं जाके सबसक्राइब कर सकदे जी उहनां नूं। सो ये आपां लैण लगा एक मैं स्लाइड जिहड़ी कि मतलब ड्राई स्लाइड हैगी ते काफ़ी ज़्यादा फास्ट ही ये वाली ट्राई जरूर करो। हुण तुसीं इस वीडियो थ्रू अंदाजा लगा ही सकते जो कि जिहड़ा होप पिया उह किन्ना क वड्डा हैगा आ क्योंकि मैं सिर्फ आर्किड वाले एरिया दे विच तुरदा पिया वां जिथे कि सिर्फ आर्किड गेम्स हैगियां उह छोटियां मोटियां जिहड़ा ट्रैम्पलिन पार्क है वह पिछे नज़र आता पाया होगा तुहानूं बच्चों का पार्क भी पिछे है तो इधर पिछले पास लैफ्ट साइड तो हैगा ही एडवेंचर पार्क। तो सामने जिन्नियां भी हैगियां आर्किड गेम्स लगियां हुई छोटिया मोटिया या फिर वर्चुअल गेम्स लगियां वा। सो मेरी लाइफ के जिन्ना मैं मतलब गेम जोन वेखी है सब तो वड्डा गेम जोन हैगा ही। तो फिर एक बार दसदा मैं 3000 रुपए का कार्ड बनवाया अडल्ट कार्ड बच्चों की जोड़ा हैगा ही 2600-2700 रुपए का हैगा ही। सो ये माइंड जरूर रखियो। हुण आ गए हैं गो काटिंग करन जिहड़ा कि सब तो वधिया होने वाला क्योंकि गो काटिंग मैं पहला कभी नहीं की हुई लाके बिल्डिंग चेक करो कि तगड़ी आ कार्ड्स भी बड़िया व्डिया व्डिया है इंजन लगे सैड से इन्हों भजावे पूरी स्पीड न तो अलावा गल करिए क्या हो चल रही वीडियो का तो जो तुम वीडियो चंकी लग रही है लाइक जरूर करो क्योंकि मेहनत बहुत लगती है वीडियो बनाने से सबसक्राइब कर दो युवराज सोडी ने यहोजे होर पंजाबी ब्लॉग्स देखने ली हम गो काटिंग करते हैं तो हैलमेट थोड़ा ज़्यादा व्डा लगन दिया वैसे चलो सेफ्टी तो है इतना आप कंट्रोल कर पाओ ठीक है ग्रीन प्रेस करो अच्छा रेस है इतने मैंने डोरेमोन मिले मैं चलो भंगड़ा भुंगड़ा पा लिए कोई फंक्शन हो जाए तो आ वाली जी गेम है तुम देख रहे हो मैनू यह हैगी वी आर वाली गेम मैं इंटरनेट पर देखी सो इन्हों मैं स्पैशली कहा कि मैं आही खेड रही हूँ अलावा इन्होंने को होर भी गेम्स है बट आ म्यूजिक वाली गेम मैं बहुत ही ज्यादा पसंद ही तो मैं चाहता ही मैं कितना कितने खेडा ऑनलाइन देखी सो मैं इतने खेडी तो यह मैं रेकमेंड करूँगा तुम भी जरूर खेडो। तो हूँ मैं आ गया बाहर होपअप के होपअप जोड़ा है मेरी जिंदगी का सब तो बेस्ट गेम जोन हैगा वा क्योंकि ये गेमा है जी मैं जिंदगी कभी ट्राई नहीं की हूँ जी रॉक क्लाइंबिंग ही वह इन्नी बेस्ट लगी मैंने गेम की जरूर ट्राई करो रॉक क्लाइंबिंग वो तो बाद उनकी गो काटिंग भी तबाही चीज़ है ड्रिफ्ट कराई गड्डी पूरी ठीक है बहुत ही मज़ा आया तेज चला के ड्रिफ्ट करा अलावा अंदर एक दो होर गेम है
ਜਿਹੜੀਆਂ ਕਿ ਬੈਟਰ ਹੈਗੀਆਂ ਜਿੱਦਾਂ ਟਰੈਂਪੋਲਿਨ ਤਾਂ ਟਰਾਈ ਕਰਨ ਵਾਲੀ ਚੀਜ਼ ਹੈ ਹੀ ਹੈ, ਟਰੈਂਪੋਲਿਨ ਨੂੰ ਤੁਸੀਂ ਭੁੱਲਿਓ ਨਾ ਕਦੇ, ਉਹ ਟਰਾਈ ਜ਼ਰੂਰ ਕਰਿਓ। ਅਤੇ ਇੱਕ ਤੋਂ VR ਗੇਮਸ ਵੀ ਹੈਗੀਆਂ ਸੀ ਬੈਸਟ। ਸੋ ਮੈਨੂੰ ਲੱਗਾ ਕਿ ਜਿਹੜਾ 3000 ਰੁਪਏ ਦਿੱਤਾ ਸੀ ਅਸੀਂ ਵੀਕਐਂਡ ਸੀ ਤਾਂ ਕਰਕੇ 3000 ਦਿੱਤਾ, ਉੱਦਾਂ ਸ਼ਾਇਦ ਸਸਤੇ ਸਰ ਜਾਂਦਾ, ਤਾਂ 3000 ਦਿੱਤਾ ਉਹ ਪੂਰਾ ਵਰਥੀ ਹੈਗਾ ਸੀ ਅਤੇ ਮੁੱਲ ਪੂਰਾ ਮੁੜਿਆ। ਅਜੇ ਅਸੀਂ ਗੇਮਾਂ ਖੇਡ ਕੇ ਨਹੀਂ ਆਏ, ਕਮ ਸੇ ਕਮ 25-30 ਗੇਮਾਂ ਪਈਆਂ ਸੀ ਜਿਹੜੀਆਂ ਅਸੀਂ ਖੇਡੀਆਂ ਹੀ ਨਹੀਂ, ਕਿਉਂਕਿ ਟਾਈਮ ਨਹੀਂ ਹੈਗਾ। ਹੁਣ ਸ਼ਾਮ ਦਾ ਵੇਲਾ ਹੋਇਆ ਸੋ ਚੱਲੇ ਹਾਂ। ਅਤੇ ਇਸ ਵਲੋਗ 'ਚ ਇੰਨਾ ਹੀ, ਜੇ ਤੁਹਾਨੂੰ ਵਲੋਗ ਚੰਗਾ ਲੱਗਾ ਲਾਈਕ ਜ਼ਰੂਰ ਕਰੋ ਅਤੇ ਸਬਸਕ੍ਰਾਈਬ ਕਰੋ ਮੇਰਾ ਯੂਟਿਊਬ ਚੈਨਲ ਯੁਵਰਾਜ ਸੋਢੀ ਦਾ। ਅਗਲੇ ਵਲੋਗ ਤੱਕ ਬਾਏ ਬਾਏ। ਇੱਧਰ ਕਸ਼ਟ ਹੋਣ ਦਿਆ ਪੂਰਾ ਬਤਰਾ ਸਾਹਿਬ, ਰੱਖੜੀਆਂ ਰੱਖੜੀਆਂ ਉਤਾਰੀਆਂ ਜਾ ਰਹੀਆਂ ਨੇ, ਅਜੇ ਰੱਖੜੀਆਂ ਦਾ ਮਹੀਨਾ ਆਇਆ ਨਹੀਂ, ਰੱਖੜੀਆਂ ਬੰਨਤੀਆਂ ਨੇ ਅੰਦਰ ਸਟਾਫ ਵਾਲਿਆਂ ਨੇ। ਕਿੰਨੀਆਂ ਭੈਣਾਂ ਬਣ ਗਈਆਂ? 4 ਭੈਣਾਂ ਬਣ ਗਈਆਂ, ਜ਼ਿਆਦੀਆਂ 6 ਭੈਣਾਂ ਬਣੀਆਂ ਨੇ, ਰੱਖੜੀਆਂ ਤੋੜਦੀਆਂ ਗਈ।